ਸਿੰਘ ਆ ਮੇਰੇ ਵੀਰੋ ਮਹਿਲ ਕਲਾਂ ਦੀ ਧਰਤੀ ਦਾ ਛੋਟੀ ਉਮਰ ਦਾ ਵੱਡਾ ਮਲ ਆ ਗਿਆ ਕਹਿੰਦੇ ਛੋਟੀ ਉਮਰ ਦਾ ਸਟਾਰ ਆਉਣ ਵਾਲਾ ਕਾਸਕੋ ਕ੍ਰਿਕਟ ਦਾ ਭਵਿੱਖ ਅੱਜ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਹੈ ਛੋਟੀ ਉਮਰ ਦੇ ਸਟਾਰਾਂ ਦਾ ਮੇਲਾ ਹੈ ਟੂਰਨਾਮੈਂਟ ਕਾਹਦਾ ਕਰਾਇਆ ਕੋਰੜਾ ਨੇ ਚਾਬੀ ਕਰਦੇ ਆ ਮੇਰੇ ਵੀਰੋ ਕੱਲੀ ਕੱਲੀ ਗੱਲ ਐਨ ਕੱਲਾ ਕੱਲੀ ਘਾਟ ਪੂਰੀ ਕੀਤੀ ਹੈ ਜਿਹੜੀ ਅੰਡਰ ਦੇ ਟੂਰਨਾਮੈਂਟਾਂ ਤੇ ਘਾਟਾਂ ਹੁੰਦੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਕੱਲਾ ਕੱਲਾ ਪ੍ਰਬੰਧ ਜਿਹੜਾ ਉਹ ਮੂੰਹੋਂ ਬੋਲ ਰਿਹਾ ਬੈਠਣ ਲਈ ਪ੍ਰਬੰਧ ਪਾਣੀ ਦਾ ਪ੍ਰਬੰਧ ਤੇ ਚਾਹ ਤੇ ਲੰਗਰ ਦਾ ਪ੍ਰਬੰਧ ਵੀ ਜਿਹੜਾ ਕੀਤਾ ਹੋਇਆ ਤੇ ਉੱਧਰ ਦੇਖਾਂਗੇ ਮੁੰਡਾ ਜਸਕਰਨ ਮਹਿਲਾ ਵਾਲਾ ਬਲ ਪਾਉਣ ਦੇ ਲਈ ਵਧਿਆ ਹੋਇਆ ਤੇ ਪੰਜ ਬੱਸੀਆਂ ਵਾਲਾ ਟਰਾਈ ਕਰਦਾ ਤੇ ਉੱਧਰ ਅਪੀਲ ਹੋਈ ਹੈ ਅੰਪਾਇਰ ਨੇ ਸਿਰ ਮਾਰਿਆ ਜਿਵੇਂ ਡਾਕਟਰ ਐਮਰਜੈਂਸੀ ਦੇ ਬਾਹਰ ਆ ਕੇ ਮਾਰਦਾ ਵੀ ਸੋਰੀ ਇਹਨੂੰ ਮੈਂ ਬਚਾ ਨਹੀਂ ਸਕਿਆ ਇਹਨੂੰ ਲੈ ਜਾਓ ਲੈ ਸਾਹਮਣੇ ਕਹਿੰਦੇ ਅਗਲੀ ਬਾਲ ਤੇ ਕੁਠਾਲੇ ਪਿੰਡ ਦਾ ਕਮਲ ਗੱਲ ਕਰੂ ਮੇਰੇ ਵੀਰੋ ਲਾਗਲੀ ਬਾਲ ਕਹਿੰਦੇ ਜਸਕਰਨ ਦੀ ਖੇਡ ਮੇਰੇ ਵੀਰੋ ਤੇ ਸਾਹਮਣੇ ਕਹਿੰਦੇ ਪੰਡਤਾਂ ਦਾ ਮੁੰਡਾ ਰਣ ਮੇਰੇ ਹਿਸਾਬ ਦੇ ਨਾਲ 44 ਜਾਂ 45 ਹੋਇਆ ਇਹ ਪੰਡਤਾ ਇਹ ਬੱਲੇ 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 ਪੰਡਤਾ ਉਹ ਅੱਖਾਂ ਕੱਢਦਾ ਉੱਤੇ ਰੂਬੀ ਚੜ੍ਹਦਾ ਅਗਲਾ ਚੜ੍ਹੇ ਕਿਵੇਂ ਦਾ ਅਗਲੇ ਨੇ ਭਾਜੀ ਪਾਤੀ ਹੈ ਐਨ ਕਹਿੰਦੇ ਵਿਗੜਦਾ ਪਤਨ ਹੋ ਗਿਆ ਵਿਗੜਦਾ ਕਹਿੰਦੇ ਪਤਨ ਹੋ ਗਿਆ ਮੇਰੇ ਹੀਰੋ ਅਗਲਾ ਬੱਲੇਬਾਜ਼ ਆ ਜਾਵੇ ਜਲਦੀ ਦੇ ਨਾਲ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਕਿ ਬੱਲੇ ਬੱਲੇ ਹੁੰਦੀ ਰਹਿੰਦੀ ਖੱਬਰੂ ਦਲੇਰਾਂ ਦੀ ਐਨ ਲੱਖਾਂ ਤੇ ਕਰੋੜਾਂ ਵਿੱਚ ਖੇਡਦੀ ਆ ਖੇਡ ਇਹਨਾਂ ਸ਼ੇਰਾਂ ਨੇ ਲੱਖਾਂ ਦੇ ਕਰੋੜਾਂ ਦੇ ਵਿੱਚ ਖੇਡਦੀ ਆ ਕ੍ਰੇਡ ਅੱਜ ਕੱਲ੍ਹ ਤੇ ਮੁੰਡੇ ਨੇ ਕਹਿੰਦੇ ਧੰਨ ਧੰਨ ਕਰਵਾਤੀ ਹੈ ਇਹ ਕਹਿੰਦੇ ਮੇਰੇ ਵੀਰੋ ਜਸਕਰਨ ਖੇਡਦੇ ਮੈਦਾਨ ਅੰਦਰ ਸਿਰੇ ਦੀਆਂ ਬਾਲਾਂ ਭਾ ਰਿਹਾ ਐਨ ਛੋਟੀ ਉਮਰ ਦਾ ਸਟਾਰ ਹੌਸਲਾ ਵੱਡਾ ਕਹਿੰਦੇ ਖਿਡਾਰੀ ਦਾ ਕਿ ਅੱਖਾਂ ਬੰਦ ਕਰਕੇ ਨਹੀਂ ਉਹ ਮੰਜ਼ਿਲ ਵੱਲ ਦੌੜੀ ਦਾ ਕੋਠੇ ਉੱਤੇ ਚੜ੍ਹ ਕੇ ਭੁੱਲੀ ਦਾ ਨੀ ਪਹਿਲਾ ਟੰਬਾ ਪੌੜੀ ਦਾ ਲੈ ਮੁੰਡਾ ਕਹਿੰਦੇ ਜਸਕਰਨ ਐਨ ਸਿਰੇ ਹੀ ਕਰਵਾਈ ਆ ਰਿਹਾ ਹੈਟ੍ਰਿਕ ਬਾਲ ਹੈ ਤੇ ਸਾਹਮਣੇ ਬੱਸੀਆਂ ਵਾਲਾ ਛੋਟੀ ਉਮਰ ਦਾ ਸਟਾਰ ਕਹਿੰਦੇ ਆ ਗਿਆ ਮੇਰੇ ਵੀਰੋ ਲੈ ਬੁੱਢੀ ਆ ਗਿਆ ਕਹਿੰਦੇ ਬੱਸੀਆਂ ਵਾਲਾ ਮੇਰੇ ਵੀਰੋ ਚੇਨੇ ਦਾ ਕਹਿੰਦੇ ਛੋਟਾ ਭਰਾ ਆ ਗਿਆ ਮੇਰੇ ਵੀਰੋ ਨਾ ਇਹਨਾਂ ਬਿਗੜ ਖੜਾਉਣੀ ਪੈਣੀ ਹੈ ਨਹੀਂ ਫਿਰ ਬੱਸੀਆਂ ਦਾ ਫਿਰ ਦੂਰ ਤੁਹਾਨੂੰ ਲੱਗਣਾ ਹੀ ਹੈ ਨਾ ਜਾਂਦਾ ਲੈ ਬਾਲ ਕਹਿੰਦੇ ਪੈ ਗਈ ਹੈ ਹੈਟ੍ਰਿਕ ਨਾਲ ਹੈ ਜਸਕਰਨ ਹੈਟ੍ਰਿਕ ਨਾਲ ਹੈ ਐਨਆਰ ਆਈ ਪੈਸੇ ਕੱਢੀ ਬੈਠੇ ਹੈ ਚੰਡੀਗੜ੍ਹ ਪੈਸੇ ਕੱਢੀ ਬੈਠਾ ਹੈ ਲਾਓ ਬੱਲੇ ਬੱਲੇ ਪਿਆਰ ਦੱਸ ਹੈਟ੍ਰਿਕ ਲੱਗ ਚੁੱਕੀ ਹੈ ਹੈਟ੍ਰਿਕ ਕਹਿੰਦੇ ਲੱਗ ਚੁੱਕੀ ਹੈ ਟੀਮ ਮੇਰੇ ਹਿਸਾਬ ਦੇ ਨਾਲ ਆਲ ਆਊਟ ਹੈ ਜੀ ਜਾਂ ਲਾਈਨ ਵੀ ਆਲ ਆਊਟ ਹੋ ਗਈ ਹੈ ਹੈਗਾ ਬਾਈ ਇੱਕ ਇੱਕ ਵਿਕਟ ਰਹਿ ਗਈ ਹੈ ਇੱਕ ਵਿਕਟ ਹਲੇ ਬਾਕੀ ਹੈ ਮੈਨੂੰ ਲੱਗਦਾ ਐਨ ਮੁੰਡੇ ਨੇ ਧੰਨ ਧੰਨ ਕਰਵਾ ਦੀ ਹੈ ਤਾੜੀ ਮਾਰਦੇ ਜਸਕਰਨ ਦੇ ਨਾਂ ਤੇ ਹੈਟ੍ਰਿਕ ਹੋ ਗਈ ਹੈ ਤੇ ਠੀਕਾ ਕੁਝ ਕਹਿਣ ਆਉਂਦਾ ਇਹਦੀ ਗੱਲ ਪੱਕੀ ਹੈ ਪਤਾ ਨੀ ਨੋਟ ਲੈ ਕੇ ਆਇਆ ਹੋਣਾ ਹਰਮਨ ਜੋਸੇ ਸਰਦਾਰ ਸੁਖਵਿੰਦਰ ਸਿੰਘ ਜੀ ਸੁਖੀ ਐਨ 500 ਰੁਪਇਆ ਜਿਹੜਾ ਰੋਜ਼ਾ ਕਰ ਰਹੇ ਆ ਮੇਰੇ ਹਿਸਾਬ ਦੇ ਨਾਲ ਸੁਖਦੇਵ ਸਿੰਘ ਜੀ ਸੁਖੀ ਹਰਮਨ ਦੇ ਫਾਦਰ ਸਾਹਿਬ ਨੇ ਉਹਨਾਂ ਨੇ ਕਹਿੰਦੇ ਪਾਉਣਾ ਦੀ ਕੋਈ ਕਮੀ ਨਹੀਂ ਛੱਡੀ ਕਹਿੰਦੇ ਟੂਰਨਾਮੈਂਟ ਕਰਾਓ ਪੈਸੇ ਅਸੀਂ ਆਪੇ ਭੇਜਾਂਗੇ ਐਨ ਮੁੰਡਿਆਂ ਨੇ ਸਿਰਾ ਹੀ ਕਰਵਾ ਦਿੱਤਾ ਹੈ ਲਓ ਜਸਕਰਨ ਲਈ ਕਹਿੰਦੇ ਬਾਲ ਫੇਰ ਪੈਣ ਜਾ ਰਹੀ ਹੈ ਤੇ ਸਾਹਮਣਾ ਕਰਨ ਦੇ ਲਈ ਮੁੰਡਾ ਕਹਿੰਦੇ ਤਿਆਰ ਤੇ ਕੁਠਾਲੀ ਵਾਲਿਆ ਕਰੀ ਲਓ ਅਗਲੀ ਬਾਲ ਤੇ ਕਹਿੰਦੇ ਐਨ ਟਿਕਾਣੇ ਦੀ ਬਾਲ ਪਾਈ ਹੈ